ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਕਰੋ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਦੋਸਤੋ ਇਹ ਸਫਰ ਸ਼ੁਰੂ ਹੁੰਦਾ ਹੈ ਰੋਪੜ ਦੇ ਛੋਟੇ ਜਿਹੇ ਪਿੰਡ ਠੋਣਾ ਤੋਂ ਇੱਕ ਸਧਾਰਨ ਜਿਹਾ ਪਰਿਵਾਰ ਸਰਦਾਰ ਅਮਰ ਸਿੰਘ ਸਰਦਾਰਨੀ ਨਸੀਬਕੌਰ ਦੇ ਘਰ ਸਾਲ 1950 ਵਿੱਚ ਇੱਕ ਬਾਲਕ ਦਾ ਜਨਮ ਹੁੰਦਾ ਹੈ ਜਿਸ ਦਾ ਨਾਂ ਉਹ ਬੜੇ ਪਿਆਰ ਨਾਲ ਸਰਦਾਰ ਸਰਜੀਤ ਸਿੰਘ ਕੰਗ ਰੱਖਦੇ ਹਨ ਸਰਦਾਰ ਸਰਜੀਤ ਸਿੰਘ ਨੇ ਆਪਣੀ ਮੁਢਲੀ ਸਿੱਖਿਆ ਪਿੰਡ ਵਿੱਚ ਖੁੱਲੇ ਨਵੇਂ ਸਕੂਲ ਤੋਂ ਤੇ ਮਿਡਲ ਪ੍ਰੀਖਿਆ ਨਾਲ ਦੇ ਪਿੰਡ ਮੀਆਪੁਰ ਤੋਂ ਅਤੇ میٹرਿਕ ਖਾਲਸਾ ਸਕੂਲ ਰੋਪੜ ਤੋਂ ਪੂਰੀ ਕੀਤੀ ਪੜਾਈ ਵਿੱਚ ਰੁਚੀ ਚੰਗੀ ਹੋਣ ਕਰਕੇ 1970 ਵਿੱਚ ਗਵਰਨਮੈਂਟ ਕਾਲਜ ਰੋਪੜ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਤੇ ਐਮਬੀਏ ਦੀ ਡਿਗਰੀ ਵੀ ਪ੍ਰਾਪਤ ਕੀਤੀ ਚਾਰ ਵੀਰਾਂ ਤੇ ਇੱਕ ਭੈਣ ਬਹੁਤ ਹੀ ਪਿਆਰਾ ਪਰਿਵਾਰ ਤੇ ਮਾਵਾ ਵਰਗੀਆਂ ਪਰਜਾਈਆਂ ਕਾਲਜ ਵਿੱਚ ਪੜਦਿਆਂ ਪੜਦਿਆਂ ਉਹਨਾਂ ਦੀ ਦੋਸਤੀ ਇੱਕ ਬਹੁਤ ਹੀ ਖੂਬਸੂਰਤ ਤੇ ਹੌਨਹਾਰ ਕੁੜੀ ਜਸਪਾਲ ਕਾਰਨਲ ਹੋਈ ਜੋ ਕਿ ਅੱਗੇ ਚੱਲ ਕੇ ਸਨ 1976 ਵਿੱਚ ਦੋਵੇਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਆਪਜੀ ਦੀ ਜੀਵਨ ਸਾਥੀ ਬਣ ਗਈ ਸਨ 1976 ਵਿੱਚ ਹੀ ਆਪਜੀ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਹੁਸ਼ਿਆਰਪੁਰ ਆ ਗਏ ਤੇ ਇੱਥੇ ਮਹਾਵੀਰ ਸਪਿਨਿੰਗ ਮਿਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਆਪਜੀ ਨੇ 25 ਸਾਲ ਅਲੱਗ-ਅਲੱਗ ਜ਼ਿੰਮੇਦਾਰੀ ਵਾਲੇ ਅਹੁਦਿਆਂ ਤੇ ਆਪਣੀ ਜ਼ਿੰਮੇਦਾਰੀ ਪੂਰੀ ਮਿਹਨਤ ਤੇ ਵਫਾਦਾਰੀ ਨਾਲ ਨਿਭਾਈ ਇੱਥੇ ਆਪ ਜੀ ਨੂੰ ਬਹੁਤ ਹੀ ਸੂਝਵਾਨ ਵਿਅਕਤੀਆਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਵੇਂ ਕਿ ਮਿਸਟਰ ਐਸ ਐਲ ਸਹਿਗਲ ਮਿਸਟਰ ਡੀ ਐਲ ਸ਼ਰਮਾ ਮਿਸਟਰ ਬੂਰਾ ਮਿਸਟਰ ਡੀ ਡੀ ਮਲਹੋਤਰਾ ਮਹਾਵੀਰ ਸਪਿਨਿੰਗ ਮਿਲ ਦੀ ਟੌਪ ਮੈਨੇਜਮੈਂਟ ਸਤਕਾਰਯੋਗ ਮਿਸਟਰ ਇੰਦਰਮੋਹਨਜੀਤ ਸਿੱਧੂ ਦੀ ਕਾਰਜ ਅਗਵਾਈ ਹੇਠ ਆਪ ਜੀ ਨੇ ਅਪਾਰ ਸਫਲਤਾ ਹਾਸਲ ਕੀਤੀ ਤੇ ਜ਼ਿੰਦਗੀ ਦੇ ਕਦਮ ਹੋਰ ਅੱਗੇ ਵਧਾਨ ਲਈ ਮਾਰਗਦਰਸ਼ਨ ਕੀਤਾ ਸਾਲ 1970 ਵਿੱਚ ਹੁਸ਼ਿਆਰਪੁਰ ਵਿਖੇ ਹੀ ਆਪ ਜੀ ਦੇ ਘਰ ਇੱਕ ਬਹੁਤ ਹੀ ਪਿਆਰੀ ਸੁਪਤਰੀ ਨੇ ਜਨਮ ਲਿੱਤਾ ਜਿਸ ਦਾ ਨਾਮ ਆਪ ਜੀ ਨੇ ਬੜੇ ਪਿਆਰ ਨਾਲ ਲਵਲੀਨ ਕੌਰ ਰੱਖਿਆ ਕੁਝ ਸਮੇਂ ਬਾਅਦ ਆਪ ਜੀ ਦੇ ਘਰ ਵਿੱਚ ਬਹੁਤ ਹੀ ਪਿਆਰੇ ਕਾਕਾ ਵਿਕਰਮਜੀਤ ਸਿੰਘ ਜੀ ਨੇ ਜਨਮ ਲਿਆ ਆਪ ਜੀ ਨੇ ਆਪਣੀ लाडली ਬੇਟੀ ਲਵਲੀਨ ਕੌਰ ਨੂੰ ਬਹੁਤ ਹੀ ਚਾਵਾ ਨਾਲ ਪੜਾ ਲਿਖਾ ਕੇ ਐਮਬੀਏ ਦੀ ਡਿਗਰੀ ਕਰਵਾਈ ਤੇ ਉਸ ਉਪਰੰਤ ਸਨ 2003 ਵਿੱਚ ਉਹਨਾਂ ਦਾ ਵਿਆਹ ਅਮਰੀਕਾ ਵਿੱਚ ਵਸਦੇ ਡਾਕਟਰ ਰਿਕਿੰਦਰ ਗਰੇਵਾਲ ਜੀ ਨਾਲ ਕਰ ਦਿੱਤਾ ਕੁਝ ਸਮੇਂ ਬਾਅਦ ਪਰਮਾਤਮਾ ਦੀ ਬਖਸ਼ੀਸ਼ ਨਾਲ ਆਪ ਜੀ ਨੂੰ ਇੱਕ ਚੰਨ ਵਰਗੀ ਦੋਤੀ ਦੀ ਦਾਤ ਬਖਸ਼ੀ ਜਿਸ ਦਾ ਨਾਮ ਸਨਾ ਨੂਰ ਗਰੇਵਾਲ ਰੱਖਿਆ ਗਿਆ ਆਪਣੀ ਹੋਂਹਾਰ ਬੇਟੀ ਦੀ ਜ਼ਿੰਮੇਵਾਰੀ ਤੋਂ ਸੁਰਖਰੂ ਹੁੰਦੇ ਸਾਰ ਹੀ ਆਪ ਜੀ ਨੇ ਬੇਟਾ ਵਿਕਰਮਜੀਤ ਸਿੰਘ ਜੀ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਈ ਤੇ ਸਾਲ 1992 ਵਿੱਚ ਹੌਸਲਾ ਕਰਕੇ ਆਪ ਜੀ ਨੇ ਜੌਬ ਦੇ ਨਾਲ ਨਾਲ अपना ग्लास ਦਾ ਕੰਮ ਸ਼ੁਰੂ ਕੀਤਾ ਜੋ ਕਿ ਆਪ ਜੀ ਦੇ ਜੀਵਨ ਵਿੱਚ ਇੱਕ ਵੱਡੇ ਬਦਲਾਅ ਦਾ ਅਹਿਮ ਮੀਲ ਪੱਥਰ ਸਾਬਤ ਹੋਇਆ ਸਨ 1998 ਵਿੱਚ ਮਹਾਵੀਰ ਸਪੀਨਿੰਗ ਮਿਲ ਤੋਂ ਜਲਦੀ ਸੇਵਾਮੁਕਤ ਹੋ ਕੇ ਜਕੇ ਟਫ ਐਂਡ ਕੰਪਨੀ ਦੀ ਸ਼ੁਰੂਆਤ ਕੀਤੀ ਸਨ 2008 ਵਿੱਚ ਜਕੇ ਇੰਟਰਨੈਸ਼ਨਲ ਦੇ ਨਾਮ ਤੋਂ ਹਿਮਾਚਲ ਵਿੱਚ ਇੱਕ ਹੋਰ ਫੈਕਟਰੀ ਲਗਾਈ ਜਿਸ ਦਾ ਸਾਰਾ ਕਾਰਜਪਾਰ ਆਪ ਜੀ ਦੇ ਹੋਣ ਹਰ ਸੁਪੁੱਤਰ ਵਿਕਰਮਜੀਤ ਸਿੰਘ ਕੰਗ ਨੇ ਬਹੁਤ ਹੀ ਛੋਟੀ ਉਮਰ ਵਿੱਚ ਬੜੇ ਚੰਗੇ ਤਰੀਕੇ ਨਾਲ ਸੰਭਾਲ ਲਿਆ ਸੰ 2013 ਵਿੱਚ ਆਪ ਜੀ ਨੇ ਆਪਣੇ ਸੁਪੁੱਤਰ ਦਾ ਵਿਆਹ ਆਨੰਦਪੁਰ ਸਾਹਿਬ ਦੀ ਇੱਕ ਹੋਣ ਹਾਰ ਲੜਕੀ ਮਨਪ੍ਰੀਤ ਕੌਰ ਦੇ ਨਾਲ ਕਰਵਾ ਦਿੱਤਾ ਜਿਨ੍ਹਾਂ ਨੂੰ ਆਪ ਜੀ ਨੇ ਇੱਕ ਅੱਛਾ ਮਾਰਗਦਰਸ਼ਨ ਦੇ ਕੇ ਆਪਣੇ ਨਾਲ ਬਿਜ਼ਨਸ ਵਿੱਚ ਲਗਾ ਲਿਆ दोस्तों कहें बदला जिंदगी का नियम है सन दो तो हज़ार चौदह आप जी ने अपनी अठारह साल पुरानी पार्टनरशिप तो अलग होकर जलंधर जे के इंटरैशनल का दूसरा यूनिट सफलतापूर्वक लगया सं दो हज़ार पंद्रह परमात्मा की असीम कृपा दे नाल। आप सब की शुभ इच्छावे सदका जेके इंटरनैशनलू ਬੈਸਟ ਗਲਾਸ ਪ੍ਰੋਸੈਸਰ ਇਨ ਨਾਰਥ ਇੰਡੀਆ ਦਾ ਅਵਾਰਡ ਮਿਲਿਆ ਸਾਲ 2016 ਵਿੱਚ ਆਪ ਜੀ ਦੇ ਘਰ ਇੱਕ ਬੜੀ ਹੀ ਪਿਆਰੀ ਪੋਤਰੀ ਦਾ ਜਨਮ ਹੋਇਆ ਜਿਸ ਦਾ ਨਾਮ ਆਪ ਨੇ ਬੜੇ ਚਾਅ ਨਾਲ ਕੋਹਿੰੂਰ ਕੰਗ ਰੱਖਿਆ ਆਪ ਜੀ ਦੀ ਜ਼ਿੰਦਗੀ ਦੀ ਹਰ ਜੁੱਦੋ ਜਹਿਦ ਨੂੰ ਕਾਮਯਾਬੀ ਹਾਸਲ ਕਰਵਾਉਣ ਵਿੱਚ ਆਪ ਜੀ ਦੇ ਵੱਡੇ ਭਰਾ ਕਰਨਲ ਆਰ ਐਸ ਕੰਗ ਜੀ ਦਾ ਬਹੁਤ ਵੱਡਾ ਰੋਲ ਰਿਹਾ ਜਿਨ੍ਹਾਂ ਨੇ ਆਪ ਜੀ ਦੀ ਪੜ੍ਹਾਈ ਤੇ ਹਰ ਪ੍ਰਕਾਰ ਦੀ ਮਦਦ ਕਰਕੇ ਵੱਡੇ ਪਰਾਹ ਹੋਂਦਾ ਫਰਜ਼ ਇੱਕ ਪਿਤਾ ਦੀ ਤਰ੍ਹਾਂ ਬਖੂਬੀ ਨਿਭਾਇਆ ਇਹਨਾਂ ਦੀ ਪਤਨੀ ਜਸਪਾਲ ਕੌਰ ਅਤੇ ਬੱਚੇ ਵਿਕਰਮ ਤੇ ਮਨਪ੍ਰੀਤ ਦਾ ਇਹਨਾਂ ਦੀ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਬੇਟੀ ਲਵਲੀਨ ਤੇ ਬੇਟਾ ਰਕਿੰਦਰ ਤੇ ਕੁੜਮ ਜਗਤਾਰ ਸਿੰਘ ਸੰਗਾ ਜੀ ਤੇ ਸੰਡੂ ਸਤਵੰਤ ਬਰਾੜ उन्हों परिवार जी दिया हर खुशियां करन विच भरपूर हिस्सा रहा है जब तक ना सफल हो नींद चैन को त्यागो तुम संघर्ष का मैदान छोड़ कभी मत भागो तुम कुछ किए बिना जय जय कार नहीं होती कोशिश करने वालों की कभी हार नहीं होती लहरों से डरकर नौका कभी पार नहीं होती कोशिश करने वालों की कभी हार नहीं होती